a South Asian Canadian channel. मोगा दे कोटकपुरा टोल प्लाजे उत्ते काम कर रहे कर्मचारियों ने भी हुण किसानां दे खिलाफ मोर्चा खोल दिता है। उन्होंने कहा है कि जेकर किसान टोल प्लाजियां नूं बंद करनगे तां ओह भी इन्हां दे खिलाफ प्रदर्शन करनगे। उन्होंने अनुसार टोल प्लाजे बंद होण कारण ओह बेरोजगार हो जांदे ने, जिन्हां दा असर उन्हां दे परिवारां उत्ते भी पैंदा है। ते मैं इस टोल प्लाजे दे सुपरवाइजर दा काम करदा जी। सर, किसानां वल्लों 11 बजे तो बाद टोल फ्री कर दित्ते जाणगे, इहदे बारे तुसीं आपदी नौकरी नूं कीवें देखदे हो? ਵੀਰੇ, ਜੇ ਸਾਡਾ ਰੁਜ਼ਗਾਰ ਜਾਊਗਾ ਤਾਂ ਅਸੀਂ ਚੀਕਾਂਗੇ ਹੀ ਬਾਈ। ਜੇ ਹੁਣ ਉਹਨਾਂ ਨੇ ਤਾਂ ਕਹਿਤਾ ਵੀ ਫ੍ਰੀ ਕਰ ਦਿਆਂਗੇ, ਪਰ ਸਾਡਾ ਜੇ ਮਤਲਬ ਕਿ ਸਾਨੂੰ ਤਨਖਾਹ ਥੋੜ੍ਹੀ ਦੇਊਗੇ ਜੇ ਟੋਲ ਪਲਾਜ਼ੇ ਵਾਲੇ? ਉਹਨਾਂ ਨੇ ਤਾਂ ਇਹ ਗੱਲ ਕਹਿ ਦੇਣੀ ਆ ਵੀ ਹਾਂਜੀ ਫ੍ਰੀ ਆ ਟੋਲ ਪਲਾਜ਼ਾ, ਠੀਕ ਹੈ, ਅਸੀਂ ਤਨਖਾਹ ਕਿੱਥੋਂ ਦੇਈਏ? ਜੇ ਟੋਲ ਨਹੀਂ ਇਕੱਠਾ ਹੋਊਗਾ ਤਾਂ ਉਹ ਸਾਨੂੰ ਤਨਖਾਹ ਨਹੀਂ ਦੇਣਗੇ। ਜੇ ਸਾਨੂੰ ਤਨਖਾਹ ਨਹੀਂ ਦੇਣਗੇ ਤਾਂ ਸਾਡੇ ਬੱਚੇ ਭੁੱਖੇ ਮਰਨਗੇ, ਅਸੀਂ ਕੀ ਕਰਾਂਗੇ? ਠੀਕ ਹੈ ਜੀ, ਜੇ ਉਹ ਧਰਨਾ ਲਾਉਣਗੇ ਜੀ, ਲਾ ਲੈਣ ਜੀ, ਸਦ ਕੇ ਲਾ ਲੈਣ। ਜੇ ਸਾਡੀਆਂ ਤਨਖਾਹਾਂ ਮਿਲਣਗੀਆਂ ਤਾਂ ਠੀਕ ਹੈ, ਜੇ ਨਾ ਮਿਲਣਗੀਆਂ ਤਾਂ ਅਸੀਂ ਵੀ ਦੂਜੇ ਪਾਸੇ ਰੋਡ ਜਾਮ ਕਰ ਦਿਆਂਗੇ। ਠੀਕ ਹੈ ਜੀ, ਅਸੀਂ ਵੀ ਚੁੱਪ ਨਹੀਂ ਬੈਠਾਂਗੇ ਅੱਜ ਕੀ। ਅੱਗੇ ਅਸੀਂ ਇੱਕ ਸਾਲ ਇਹਨਾਂ ਨੇ ਧਰਨਾ ਲਾਈ ਰੱਖਿਆ, ਅਸੀਂ ਬੇਰੁਜ਼ਗਾਰੀਆਂ ਨੂੰ ਧੱਕੇ ਖਾਧੇ ਇੱਕ ਸਾਲ ਉਹ। ਠੀਕ ਹੈ ਜੀ, ਜੇ ਹੁਣ ਉਹ ਧਰਨਾ ਲਾ ਕੇ ਸਾਡਾ ਰੁਜ਼ਗਾਰ ਖੋਣਗੇ, ਅਸੀਂ ਬਿਲਕੁਲ ਟੋਲ ਪਲਾਜ਼ਾ ਬੰਦ ਕਰ ਦੇਵਾਂਗੇ, ਅਸੀਂ ਵੀ ਰੋਜ਼ ਪ੍ਰਦਰਸ਼ਨ ਕਰਾਂਗੇ। ਜਦੋਂ ਧਰਨਾ ਲੱਗਾ ਸੀ ਉਦੋਂ ਤਨਖਾਹ ਮਿਲੀ ਸੀ? ਨਾ ਜੀ, ਕੋਈ ਤਨਖਾਹ ਨਹੀਂ ਮਿਲੀ। ਸਾਡੇ ਮੁੰਡੇ ਉਦੋਂ ਸਾਲ ਇੱਕ ਘਰੇ ਬਹਿ ਕੇ ਖਾਧਾ ਉਹਨਾਂ ਨੇ। ਠੀਕ ਹੈ ਜੀ, ਸਾਨੂੰ ਪਤਾ ਵੀ ਅਸੀਂ ਕਿਵੇਂ ਕੱਢਿਆ ਉਹ ਸਾਲ ਇੱਕ। ਮੈਂ ਇਸ ਕੰਮ ਨੂੰ ਲੈ ਕੇ ਬਹੁਤ ਇਹਨਾਂ ਨੂੰ ਕਹਿੰਦਾ ਵੀ ਬਹੁਤ ਮਾੜੀ ਗੱਲ ਹੈ ਤੁਹਾਡੀ, ਕਿਉਂਕਿ ਜਿਹੜਾ ਟੂਲ ਪਲਾਜ਼ਾ ਹੈ, ਦੇਖੋ ਜੀ, ਜੇ ਰੋਡ ਬਣਾ ਕੇ ਦਿੱਤੇ ਆਪਾਂ ਤਾਂ ਹੀ ਟੂਲ ਲਿਆ ਜਾ ਰਿਹਾ। ਜੇ ਆਪਾਂ ਕਿਸੇ ਦੀ ਕੋਈ ਚੀਜ਼ ਯੂਜ ਕਰਦੇ ਹਾਂ ਆਪਾਂ ਤਾਂ ਹੀ ਉਹਨੂੰ ਪੈਸੇ ਦਿੰਦੇ ਹਾਂ, ਫ੍ਰੀ ਤਾਂ ਕੋਈ ਕਿਸੇ ਤੋਂ ਮੰਗਦਾ ਨਹੀਂ। ਠੀਕ ਹੈ, ਇਹ ਟੂਲ ਪਲਾਜ਼ਾ ਚੱਲਦਾ ਤਾਂ ਇੱਥੇ 100 ਬੰਦਾ ਕੰਮ ਕਰਦਾ, ਇੱਕਦਮ ਹੀ 100 ਬੰਦਾ ਜਿਹੜਾ ਬੇਰੁਜ਼ਗਾਰ ਹੋਊਗਾ। ਤੁਸੀਂ ਹਿਸਾਬ ਲਾ ਲਓ, ਇੱਕੇਦਮ 100 ਬੰਦਾ ਜਦੋਂ ਬੇਰੁਜ਼ਗਾਰ ਹੋਊਗਾ ਤਾਂ ਜਿਹੜੀ ਆਪਣੀ ਦੇਸ਼ ਦੀ ਹਾਲਾਤ ਹੈ ਉਹ ਕੀ ਬਣਨਗੇ? ਗਰੀਬੀ ਹੈ ਉਦੋਂ ਵੀ ਜ਼ੀਰੋ ਲੈਵਲ 'ਚ ਚਲੀ ਜਾਊਗੀ। ਠੀਕ ਹੈ ਜੀ, ਅਤੇ ਸਰਕਾਰਾਂ ਨੂੰ ਵੀ ਚਾਹੀਦਾ ਕਿ ਜੋ ਹੈ, ਜੇ ਇੱਥੋਂ ਟੂਲ ਪਲਾਜ਼ਾ ਇਹ ਬੰਦ ਹੁੰਦਾ ਤਾਂ ਜਿਹੜੇ ਅਸੀਂ ਇੱਥੇ ਕੰਮ ਕਰਨ ਵਾਲੇ ਵਰਕਰ ਹਾਂ ਤਾਂ ਸਾਨੂੰ ਜਾਂ ਤਾਂ ਸਾਡੀਆਂ ਤਨਖਾਹਾਂ ਦਿੱਤੀਆਂ ਜਾਣ।